1968 ملک ਵਿੱਚ سیاسی ਪੱਖ ਤੋਂ ਰੌਲਾ ਗੋਲਾ ਵਧਦਾ ਜਾ ਰਿਹਾ ਸੀ ਮਾਰਸ਼ਲ ਲਾ ਦੇ ਖਿਲਾਫ ਇੱਕ ਆਵਾਮੀ ਆਵਾਜ਼ ਤਗੜੀ ਹੁੰਦੀ ਜਾ ਰਹੀ ਸੀ ਇਸ ਵੇਰੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਇੱਕ ਲੰਮਾ ਬਿੱਲ ਪੇਸ਼ ਕਰਨ ਦੀਆਂ ਤਿਆਰੀਆਂ ਹੋਈਆਂ ਇਹ ਬਿੱਲ ਮਸ਼ਰਕੀ ਪਾਕਿਸਤਾਨ ਦੇ ਫਿਲਮੀ ਸਰਮਾਇਆਦਾਰਾਂ ਤੇ ਫਿਲਮੀ ਡਿਸਟ੍ਰਿਬਿਊਟਰਸ ਵਾਲਿਆਂ ਦੇ ਕਹਿਣ ਉੱਤੇ ਬਣਾਇਆ ਗਿਆ ਇਸ ਬਿੱਲ ਦਾ ਮਕਸਦ ਭਾਰਤੀ ਫਿਲਮਾਂ ਤੋਂ हटक चुकनासी मशरिक पाकिस्तान दी हुकमरान पार्टी कन्वेंशन मुस्लिम लीग अपने ही सियासी 파ਣਾ ਕਾਰਨ ਦੋ ਟੋਲਿਆਂ ਵਿੱਚ ਵੰਡੀ ਗਈ ਇੰਜ ਇਹ ਬਿੱਲ ਅਸੈਂਬਲੀ ਵਿੱਚ ਪੇਸ਼ ਨਾ ਹੋ ਸਕਿਆ ਇਸ ਬਿੱਲ ਨੂੰ ਰੁਕਵਾਉਣ ਵਿੱਚ ਜਿਨ੍ਹਾਂ ਵਜ਼ੀਰਾਂ ਅਤੇ ਅਸੈਂਬਲੀ ਮੈਂਬਰਾਂ ਅਗਾ ਵਧ ਕੇ ਕੰਮ ਕੀਤਾ ਉਹਨਾਂ ਵਿੱਚ ਖਾਨ ਅਬਦੁਲ ਕাইয়ुम ਖਾਨ ਮੀਆਂ ਮਮਤਾਜ਼ ਦੌਲਤਾਨਾ ਮੁਹੰਮਦ ਅਲੀ ਓਗਰਾ خواجہ شاہد الدین ابراہیم رحمت اللہ نور الامین بشیر قریشی ای یو خان فضل کریم ملک فیروز خان نون تے قدرت اللہ شاہاب شامل سن بل پیش نہ ہون کارن مشرق کی پاکستان دے سرمایہ دارا تے فلمی ڈسٹریبیوٹراں دا چوکھا نقصان ہویا جیہ دے سٹے وچ انہاں اندر ایک روز جاک خلوپا ਈਸਵਰੀ 100 ਫਿਲਮਾਂ ਬਣੀਆਂ ਜਿਨ੍ਹਾਂ ਵਿੱਚ ਉਰਦੂ ਦੀਆਂ 67 ਪੰਜਾਬੀ ਦੀਆਂ 32 ਤੇ ਸਿੰਧੀ ਜ਼ੁਬਾਨ ਦੀ ਇੱਕ ਫਿਲਮ ਸੀ ਸਿੰਧੀ ਫਿਲਮ ਤੇ ناکਾਮ ਗਈ ਪਰ ਬਾਕੀ ਦੀਆਂ 99 ਫਿਲਮਾਂ ਵਿੱਚੋਂ 9 ਉਰਦੂ ਤੇ 9 ਹੀ ਪੰਜਾਬੀ ਪਾਸ ਹੋਈਆਂ ਜੇ ਇਸ ਪੱਖ ਤੋਂ ਵੇਖਿਆ ਜਾਵੇ ਤਾਂ 58 ਫਿਲਮਾਂ ਉਰਦੂ ਦੀਆਂ ਤੇ 23 ਫਿਲਮਾਂ ਪੰਜਾਬੀ ਦੀਆਂ ناکਾਮ ਹੋਈਆਂ ਪਾਕਿਸਤਾਨ ਦੀ ਸੰਤੀ ਫਿਲਮ ਦੀਆਂ ਲੀਹਾਂ ਵਿੱਚ ਸਭ ਤੋਂ ਤਗੜੀ ਸ਼ੈਅ ਪੰਜਾਬੀ ਫਿਲਮਾਂ ਸਨ ਜਿਨ੍ਹਾਂ ਇਸ ਇੰਡਸਟਰੀ ਨੂੰ ਕਾਇਮ ਕੀਤਾ ਤੇ ਤਗੜੀਆਂ ਬੁਨਿਆਦਾਂ ਤੇ ਖੜਾ ਰਿਆ। ਉਰਦੂ ਵਾਲਿਆਂ ਦਾ ਮੁਹਾੜ ਪਹਿਲੋਂ ਬੰਬੇਵਾਲ ਸੀ ਤੇ ਫਿਰ ਉਹਨਾਂ ਕਰਾਚੀ ਨੂੰ ਆਪਣਾ ਮਰਕਜ਼ ਬਣਾਉਣ ਦਾ ਯਤਨ ਕੀਤਾ। ਬੰਬੇ ਭਾਰਤ ਵਿੱਚ ਚਲਾ ਗਿਆ ਤੇ ਕਰਾਚੀ ਲਾਹੌਰ ਤੋਂ ਉਹਦੇ ਰਤਲੀ ਤੇ ਵਸੇਬੇ ਗੜ੍ਹ ਹੋਣ ਦਾ ਮਾਣ ਨਹੀਂ ਖੋ ਸਕਿਆ। ਇਹ ਲਾਹੌਰ ਇਸ ਪੱਖ ਤੋਂ ਪੱਕਾ ਰਿਆ। ਉਰਦੂ ਵਾਲਿਆਂ ਕੋਲ ਲਹਿੰਦਾ ਤੇ ਚੜਦਾ ਪੂਰਾ ਪਾਕਿਸਤਾਨ ਸੀ ਜੱਟ ਕੇ ਪੰਜਾਬੀ ਫਿਲਮ ਕੋਲ ਨਿਹਰਾ ਪੱਛਮੀ ਪਾਕਿਸਤਾਨ ਹੀ ਸੀ ਇਹਨੇ ਨਿੱਕੀ ਮੰਡੀ ਦੇ ਹੁੰਦਿਆਂ ਵੀ ਪੰਜਾਬੀ ਫਿਲਮ ਨੇ ਫਿਲਮ ਇੰਡਸਟਰੀ ਨੂੰ ਵਪਾਰ ਦਿੱਤਾ ਤੇ ਇਸ ਨੂੰ ਤਗੜਾ ਕੀਤਾ ਦੂਜੇ ਬੰਨੇ ਪੰਜਾਬੀ ਫਿਲਮ ਨਾਲ ਉਰਦੂ ਵਾਲਿਆਂ ਦਾ ਮਤਰਈ ਮਾਂ ਵਾਲਾ سلوਕ ਬਣਿਆ ਰਿਹਾ ਉਹਨਾਂ ਦਾ ਕੋਈ ਚਾਰਾ ਨਹੀਂ ਸੀ ਚੱਲਦਾ ਭਈ ਕਿਸੇ ਨਾ ਕਿਸੇ ਢੰਗ ਨਾਲ ਪੰਜਾਬੀ ਜ਼ੁਬਾਨ ਨੂੰ ਦਬਾਇਆ ਜਾਵੇ ਉਰਦੂ ਫਿਲਮ ਨੂੰ ਤਗੜਾ ਕਰਨ ਵਾਸਤੇ ਐਵਾਰਡ ਜਾਰੀ ਕੀਤੇ ਗਏ ਸਰਕਾਰ ਵੱਲੋਂ ਸੁਖਿਆਈਆਂ ਲਿਆਂਗੀਆਂ ਪੰਜਾਬੀ ਜ਼ੁਬਾਨ ਤੇ ਫਿਲਮ ਖਿਲਾਫ ਪ੍ਰੋਪੋਗੈਂਡਾ ਕੀਤਾ ਜਾਂਦਾ ਰਿਹਾ ਇਸ ਦੇ ਬਾਵਜੂਦ ਅੱਜ ਪੰਜਾਬੀ ਫਿਲਮ ਉਰਦੂ ਦੀ ਹਾਨੀ ਬਣੀ ਖਲੋਦੀ ਸੀ ਉਰਦੂ ਵਾਲਿਆਂ ਜਿੰਨੀਆਂ ਫਿਲਮਾਂ ਬਣਾਈਆਂ ਉਹਨਾਂ ਵਿੱਚੋਂ ਚੋਖੀਆਂ ਹਿੰਦੀ ਫਿਲਮਾਂ ਦੀਆਂ ਨਕਲਾ ਸਨ ਪਰ ਫਿਰ ਵੀ ਆਪਣੇ ਪੈਰਾਂ ਉੱਤੇ ਨਾ ਖਲੋ ਸਕੇ ਇਸ ਵਰੀ ਕਾਮਯਾਬ ਹੋਣ ਵਾਲੀਆਂ ਉਰਦੂ ਫਿਲਮਾਂ ਵਿੱਚ ਸੰਦਿਲ ਦਿਲ ਮੇਰਾ ਧੜਕਨ ਤੇਰੀ ਬਹਿਨ ਭਾਈ ਸਾਇਕਾ ਮੇਰਾ ਘਰ ਮੇਰੀ ਜੰਨਤ ਆਸ਼ਿਕ ਬੁਜ਼ਦਿਲ ਮਗਰੂਰ ਤੇ ਪਰਸਤਾਰ ਨੂੰ ਗਿਣਿਆ ਜਾਂਦਾ ਹੈ ਸੰਦਿਲ ਵਿੱਚ ਪਹਿਲੀ ਵਾਰ ਨਦੀਮ ਦਾ ਹੀਰੋ ਆਣਾ ਇਸ ਦੀ ਕਾਮਯਾਬੀ ਦਾ ਧੁਰਾ ਬਣਿਆ ਦਿਲ ਮੇਰਾ ਧੜਕਨ ਤੇਰੀ ਨੂੰ ਇਸ ਦੇ ਸੰਗੀਤ ਨੇ ਕਾਮਯਾਬ ਕਰਵਾਇਆ ਇਸ ਦਾ ਇਹ ਗੀਤ ਬੜਾ ਮਸ਼ਹੂਰ ਹੋਇਆ ਕੀ ਹੈ ਜੋ ਪਿਆਰ ਤੋਂ ਪੜੇਗਾ ਨਿਭਾਣਾ ਰਖ ਦੀਆ ਕਦਮੋਂ ਮੇਂ ਦਿਲ ਨਜ਼ਰਾਨਾ ਕਬੂਲ ਕਰ ਲੋ ਬਹਿਨ ਭਾਈ ਨਾਂ ਦੀ ਇਹ ਫਿਲਮ ਭੈਣ ਭਰਾ ਦੇ ਪਿਆਰ ਤੇ ਉਹਨਾਂ ਦੇ ਵਿਛੋੜੇ ਉੱਤੇ ਸੀ ਇੰਜ ਇਸ ਨੂੰ ਇੱਕ ਕਾਮਯਾਬ ਫਿਲਮ ਮਿਥਿਆ ਗਿਆ ਸਾਇਕਾ ਰਜ਼ੀਆ ਬਾਟਹੂਰਾ ਦੇ ਨਾਵਲ ਉੱਤੇ ਬਣਨ ਵਾਲੀ ਫਿਲਮ ਸੀ ਇਹ ਨਾਵਲ ਬੀਬੀਆਂ ਵਿੱਚ ਚੋਖਾ ਪੜਿਆ ਜਾਵਣ ਵਾਲਾ ਨਾਵਲ ਸੀ ਇਸਦੀ ਕਹਾਣੀ ਉੱਤੇ ਬਣਨ ਵਾਲੀ ਫਿਲਮ ਨੂੰ ਵੀ ਲੋਕਾਈ ਨੇ ਪਸੰਦ ਕੀਤਾ ਆਸ਼ਿਕ ਉਰਦੂ ਵਿੱਚ ਬਣਨ ਵਾਲੀ ਇਸ਼ਕੀਆ ਤੇ ਮਖੌਲੀਆ ਫਿਲਮ ਸੀ ਸ਼ੌਕਤ हुसैन ਰਿਜ਼ਵੀ ਹੁਰਾਂ ਦੀ ਇਹ ਇੱਕ ਯਾਦਗਾਰ ਫਿਲਮ ਬਣ ਗਈ ਇਸ ਨੂੰ ਦੋ ਐਵਾਰਡ ਦਿੱਤੇ ਗਏ ਇਸ ਵਰੇ ਦੀਆਂ ਕਾਮਯਾਬ ਪੰਜਾਬੀ ਫਿਲਮਾਂ ਵੀ ਲੜੀ ਵਿੱਚ ਕੁਝ ਇੰਜ ਨੇ ਬਾਬਲ ਦਾ ਵੇੜਾ ਪਗੜੀ ਸੰਭਾਲੋ ਜੱਟਾ ਪੰਜ ਦਰਿਆ ਚੰਨ ਮੱਖਣਾ ਦੋ ਮੁਟਿਆਰਾ ਰੋਟੀ ਸੱਸੀ ਪੁੰਨੂ ਸੱਜਣ ਪਿਆਰਾ ਤੇ ਮੈਦਾਨ ਇਹਨਾਂ ਕਾਮਯਾਬ ਫਿਲਮਾਂ ਉੱਤੇ ਨਜ਼ਰ ਮਾਰ ਗਏ थे ਪਤਾ ਲੱਗਦਾ ਹੈ ਭਈ ਇਸ ਵਰੇ ਪੰਜਾਬੀ ਸਿਨੇਮੇ ਦੀ ਇੱਕ ਤੋਂ ਇੱਕ ਵੱਧ ਫਿਲਮ ਆਈ ਇਸ ਸਾਲ ਫਿਲਮ ਚੰਨ ਮੱਖਣਾ ਨੂੰ ਬਿਹਤਰੀਨ ਪੰਜਾਬੀ ਫਿਲਮ ਦਾ ਐਵਾਰਡ ਦਿੱਤਾ